ਹੈਲੋ ਗਾਈਸ, ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਸੀਂ ਬਣਾਉਣ ਜਾ ਰਹੇ ਹਾਂ ਬਰਡ ਐਂਡ ਰੋਜ਼ ਫਲਾਵਰ ਦੀ ਪੇਂਟਿੰਗ। ਬਣੇ ਰਹੋ ਸਾਡੇ ਨਾਲ, ਅਸੀਂ ਇਹਨੂੰ ਡਰਾਅ ਕਰ ਲਿਆ ਆ, ਹੁਣ ਅਸੀਂ ਪੇਂਟ ਕਰਨ ਜਾ ਰਹੇ ਹਾਂ। ਅੱਗੇ ਤੋਂ ਕੁਛ ਕੁ ਟਾਈਮ ਤੱਕ ਤੁਹਾਡੇ ਕੋਲ ਡਰਾਅ ਦੀਆਂ ਪੇਂਟਿੰਗਾਂ ਵੀ ਆਉਣੀਆਂ ਸ਼ੁਰੂ ਹੋਣਗੀਆਂ, ਨਾਲ ਨਾਲ ਡਰਾਅ ਕਰਿਆ ਕਰਾਂਗੇ, ਨਾਲ ਨਾਲ ਅਸੀਂ ਪੇਂਟ ਕਰਿਆ ਕਰਾਂਗੇ ਇਹਨੂੰ। ਬਣੇ ਰਹੋ ਵੀਡੀਓ ਦੇ ਉੱਪਰ, ਚੱਲਦੇ ਹਾਂ ਆਪਾਂ ਕਲਰ ਭਰਨ ਫਿਲ ਕਰਨ ਵਾਸਤੇ। ਆਪਾਂ ਹੁਣ ਬਰਡ ਨੂੰ ਯੈਲੋ ਕਲਰ ਦੀ ਸ਼ੇਡ ਦੇ ਰਹੇ ਹਾਂ, ਕਿਉਂਕਿ ਇਹਨੂੰ ਮਿਕਸਿੰਗ ਸ਼ੇਡ ਦੇਣੀ ਹੈ ਆਪਾਂ ਡਬਲ ਸ਼ੇਡ ਕਰਕੇ। ਉਹ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗੀ ਕਿ ਇਹਨੂੰ ਆਪਾਂ ਡਬਲ ਸ਼ੇਡ ਕਿਵੇਂ ਕਰਦੇ ਹਾਂ ਬਰਡ ਨੂੰ।
ਜਿਹੜੀ ਦੇਸ਼ਾਂ ਲਓ ਜੀ, ਇਹ ਪੰਛੀ ਆਪਣਾ ਅੱਜ ਕੰਪਲੀਟ ਹੋ ਚੁੱਕਾ ਹੈ, ਕਿਉਂਕਿ ਇਹਨੂੰ ਬਹੁਤ ਧਿਆਨ ਦੇ ਨਾਲ ਆਪਾਂ ਨੂੰ ਪੇਂਟਿੰਗ ਕਰਨੀ ਪੈਂਦੀ ਹੈ ਬਿਲਕੁਲ ਸਫਾਈ ਦੇ ਵਿੱਚ। ਇਸ ਲਈ ਆਪਾਂ ਨੂੰ ਇਹ ਵੀਡੀਓ ਬਣਾਉਣ ਲਈ ਟਾਈਮ ਲੱਗਦਾ ਹੈ, ਕਈ ਵਾਰ 2 ਦਿਨ ਲੱਗਦੇ ਨੇ, ਕਈ ਵਾਰ 1 ਦਿਨ ਲੱਗਦਾ ਹੈ, ਪਰ ਜਿਹੜੀ ਵੱਡੀ ਪੇਂਟਿੰਗ ਹੁੰਦੀ ਹੈ ਉਹਨੂੰ ਵੈਸੇ 2 ਦਿਨ ਲੱਗਦੇ ਨੇ, ਕਿਉਂਕਿ ਉਹਦੇ ਵਿੱਚ ਸਫਾਈ ਆਉਣਾ ਵੀ ਤੁਹਾਡੀ ਬਹੁਤ ਜ਼ਰੂਰੀ ਹੈ। ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰਦੇ ਹਾਂ ਖਤਮ। ਸਾਡੇ ਚੈਨਲ 'ਤੇ ਬਣੇ ਰਿਹਾ ਕਰੋ, ਨਵੀਆਂ ਨਵੀਆਂ ਵੀਡੀਓ ਵੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ, ਅਤੇ ਚੈਨਲ ਨੂੰ ਅੱਗੇ ਕਰ ਦਿਓ ਸ਼ੇਅਰ। ਸਾਰੇ ਮੇਰੀਆਂ ਭੈਣਾਂ ਵੀਰ ਅਤੇ ਮਾਤਾਵਾਂ, ਆਹ ਚੀਜ਼ ਵੇਖਿਆ ਕਰੋ ਅਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਅਗਲਾ ਪਾਰਟ ਅਸੀਂ ਕੱਲ੍ਹ ਨੂੰ ਪਾਵਾਂਗੇ, ਨੈਕਸਟ ਪਾਰਟ ਅਸੀਂ ਕੱਲ੍ਹ ਬਣਾਵਾਂਗੇ। ਅੱਜ ਦੇ ਪਾਰਟ ਦੇ ਵਿੱਚ ਇਹੀ ਬਸ ਅਸੀਂ ਪੰਛੀ ਬਣਾ ਪਾਏ, ਅਗਲਾ ਪਾਰਟ ਕੱਲ੍ਹ ਰੈਡੀ ਕਰਾਂਗੇ। ਸਤਿ ਸ਼੍ਰੀ ਅਕਾਲ, ਗੁੱਡ ਬਾਏ।